ਮੈਂ ਭਾਈ 35 ਕਿਲੋ ਖੇਡਦਾ ਸੀ ਛੋਟਾ ਜਿਹਾ। ਮੈਂ ਸਾਰਾ ਮੈਂ ਜੰਮਿਆ, ਮੈਨੂੰ 35 ਕਿਲੋ ਦਾ ਹੋਣਾ ਸਾਰਾ। 35 ਕਿਲੋ ਖੇਡਦਾ ਬਾਈ ਮੈਂ ਆਪਣੇ ਪਿੰਡ ਦੀ ਟੀਮ। ਕਿਤੇ ਟਰਾਇਲ ਨੂੰ ਟਰਾਇਲ ਦੇਣ ਗਿਆ ਅਤੇ ਮੈਂ ਪਿੰਡ ਦੇ ਮੁੰਡੇ ਦੋ ਤਿੰਨ ਬਾਹਰ ਸੁੱਤੇ ਸੀ ਅਤੇ ਉਹਨਾਂ ਕੱਢਦਾ ਡੰਡੇ ਮਾਰ ਕੇ ਕੱਢਿਆ ਸਾਨੂੰ ਸੌਣ ਲੱਗੀ। ਕਿੱਦਾਂ ਤੂੰ ਏਦਾਂ ਦਾ ਹੌਲਾ ਜਿਹਾ ਸੀ ਮੈਂ। ਸਹੀ ਗੱਲ ਮੰਨਦਾ ਨਾ ਤੂੰ ਯਾਰ, ਆਪਾਂ ਮਾਝੀ ਖੇਡਣ ਜਾਈਦਾ ਭਾਅ ਜੀ। ਹਾਂਜੀ, ਉੱਥੋਂ ਗੱਡੀ ਘਰੇ ਲੈ ਜਾਂਦੇ ਭਾਅ ਜੀ, ਦੁੱਧ ਲੱਸੀ ਪੀਓ ਜੋ ਪੀਣਾ ਖਾਓ ਪੀਓ, ਸਾਡੇ ਬੰਦੇ ਲੱਤਾਂ ਖਿੱਚਦੇ। ਆਹੀ ਫਰਕ ਆ ਬਾਈ, ਕੋਈ ਲੱਤਾਂ ਨੀ ਨਹਾਉਣੀ ਦੇਣ, ਇੰਨਾ ਹੀ ਬੜੀ ਭੱਜਦੀ ਪਾਣੀ ਘਾਟਾਂ ਦੇ ਰਹੀ ਭਾਅ ਜੀ। ਲੰਮੀ ਕਹਿੰਦਾ ਭਾਅ ਜੀ ਦੋ ਪੱਟਾਂ ਹੁੰਦਾ, ਮੈਂ ਕਿਹਾ ਸਾਰੀ ਉਮਰ ਉੱਥੇ ਦੇਖੂੰਗਾ ਮੈਂ, ਜੇ ਮੈਂ ਫੋਨ 'ਤੇ ਦੇਖਿਆ ਕਰੂੰਗਾ ਜੇ ਉੱਥੇ ਪੈ ਗਿਆ ਤਾਂ। ਦੋ ਪੱਟਾਂ ਵਾਲਾ ਕੰਮ ਔਖਾ ਵਾ। ਮੈਂ ਕਿਹਾ ਇੱਕ ਪੱਟ ਨੂੰ ਜਾ ਹੋ ਗਿਆ ਦੋਵਾਂ ਨੂੰ ਭਾਅ ਜੀ, ਭਾਅ ਜੀ ਢਿੱਡ ਮਾਰਾ ਮਰੀ ਕੀ ਕਹਿੰਦਾ ਭਾਅ ਜੀ ਮਰ ਗਿਆ। ਕਹਿੰਦਾ ਕਿਉਂ ਲੱਗਾ? ਕਹਿੰਦਾ ਫਿਰ ਲੱਗਾ ਕਿਉਂ? ਤਾਰ ਨੂੰ ਖੇਡਦਾ ਵੇਖਿਆ ਉਹਦੇ ਵਿੱਚ ਰਬੜ ਪਈ ਹੁੰਦੀ ਹੈ, ਪ੍ਰੈਸ ਮਾਰਨਾ ਪਿਹੜਾ ਬੰਦੇ ਦੇ ਕੋਈ ਜਾਫੀ ਨਹੀਂ, ਤੇਰੇ ਲੱਗ ਹੀ ਜਾਊ ਮਾਰ ਟਕਾ ਕੇ ਇੱਕ ਜੇ ਦੇ, ਪਤਾ ਲੱਗੇ ਵੱਜੀ ਗਏ ਦੇ ਤਾਂ ਕਿਹਦੇ ਬਾਮ ਲੋੜੀ ਫੜ ਕੇ ਨਾ, ਚੰਗੀ ਬਾਮ ਲੋੜੀ ਕਿਤੇ ਧੁੱਪ ਲੱਗੀ ਹੋਵੇ ਤਾਂ ਕੱਚਾ ਪਾ ਕੇ ਨਾ ਲਿਖਾਉਣਾ ਤੈਨੂੰ ਮਜ਼ਾਕ ਦੀ ਗੱਲ ਹੀ। ਮੈਂ ਟੀਮਾਂ ਨਿਕਲੀ ਜਾਂਦੇ ਥੱਲੇ ਨਿਕਲ ਗਏ, ਗਰਾਊਂਡ ਨੀ ਸਹੀ। ਆਪਦੇ ਕੰਨ ਚੋਂ ਨਾ ਖੂਨ ਨਿਕਲਦਾ ਪਿਆ, ਮੈਂ ਕਿਹਾ ਸਾਹ ਤੁਹਾਡੇ ਨਾ ਖੂਨ ਨਿਕਲਦਾ ਪਿਆ, ਕਹਿੰਦਾ ਖੂਨ ਦੀ ਨੀ ਪਰਵਾਹ, ਕਹਿੰਦੇ ਖੂਨ ਤਾਂ ਆਪੇ ਰੁਕ ਜੂਗਾ। ਹੈ ਭਾਅ ਜੀ ਸਾਰਾ ਕਹਿੰਦਾ ਥੱਲੇ ਲੱਗ, ਮੈਂ ਕਿਹਾ ਰੱਬ ਰੱਬ ਕਰ ਥੱਲੇ ਨਹੀਂ ਲੱਗਦਾ। ਜਿਹੜੀ ਪਹਿਲੀ ਲੀਗ ਹੋਈ ਸੀ ਨਾ ਉਹ 'ਚ ਜਿਹੜਾ ਸਿਰਾ ਕਰਾਇਆ ਨਾ, ਰੋਇਲ ਕਿੰਗ ਮੈਚ ਦੋ ਹਰੀ ਆ, ਇੱਕ ਪਹਿਲਾਂ ਅਤੇ ਕਲਾਹਟ ਵਾਲਾ, ਵਿੱਚ ਦਾ ਕੋਈ ਮੈਚ ਹੀ ਨਹੀਂ ਹਰੀ, ਅਤੇ ਉਦੋਂ ਕਿਤੇ ਸਿਰਾ ਹੋਇਆ ਕਿ ਖੇਡਲਾ ਮੈਚ ਉਤੇ ਕੁੱਟ ਖਾਧੀ ਕਦੇ ਹਾੜੀ ਕਸਰ ਐਂਡ ਦੇ ਆ ਕੇ ਕੱਢਤੀ ਕੀਤੀ ਕਿੱਥੇ ਐਂਡ ਲੈ, ਜਿਹੜੀ ਐਂਡ ਲਈ ਵਾਟਰ ਬ੍ਰੇਕ ਨਹੀਂ ਹੁੰਦੇ ਉਹਦਾ ਜਦੋਂ ਅੱਧਾ ਟਾਈਮ ਰਹਿ ਜਾਏ, ਮਾਤਾ 7 ਮਿੰਟ ਨਾ 3 ਮਿੰਟ ਆ ਜਿਹੜੀ ਕਰਮਾਂ ਦੇ ਕੁੱਟਣੀ ਦੀ ਉਹ ਹਾਲ ਦੀ ਸਾਡੀ ਬਸ ਉਹ ਜਿਹੜੀ ਲਾਟ ਵਾਲੀ ਦਲੇਰੀ ਬਹੁਤ ਆ। ਹੁਣ ਮੰਨ ਲਓ ਕੋਈ ਮੋਰਲਾ ਪਲੇਅਰ ਆਪਣੇ ਚ ਜਾਫੀ ਕੋਈ ਖੜਾ ਹੋਵੇ, ਜਦੋਂ ਇੱਦਾਂ ਕਹੀ ਜਾਵੇ ਕੋਈ ਨੀ ਭਾਜੀ ਆਉਣ ਦੋ, ਬਾਈ ਜੀ ਫਿਰ ਕੀ ਆ, ਉਹ ਤਾਂ ਅੱਧੇ ਕਹਿ ਦਿੰਦਾ ਯਾਰ ਨਹੀਂ ਝੋਟਾ ਹੀ, ਇਹਨੇ ਨੀ ਕੁਛ ਵੀ ਕਰਨਾ। ਇੱਕ ਸਾਲ ਦੀ ਉਹਦੇ ਕਿਸੇ ਵੇਲੇ ਨੇ ਗਿੱਟਾ ਫੜਨਾ ਥੱਲੇ ਜਾ ਕੇ ਹਨਾ, ਉਹ ਮੌਤ ਆ, ਗਿੱਟਾ ਹੱਥ 'ਚ ਹੀ ਨਹੀਂ ਹੋਣਾ, ਮੌਤ ਆ ਕਹਿੰਦਾ ਮੌਤ ਆ ਭਾਜੀ।
ਵੀ ਉਹ ਪਤਾ ਹੁੰਦਾ ਵੀ ਜੇ ਜੇ ਤਾਂ ਮੰਨ ਲਓ ਪ੍ਰੈਸ ਵੱਜ ਗਈ ਫਿਰ ਤਾਂ ਰੰਬੇ ਨਾਲ ਖੁਰਚ ਕੇ ਲਾਉਣਾ ਪੈਣਾ ਇੱਕ ਵਾਰੀ। ਲਵਲੀ ਕਹਿੰਦਾ ਭਾਈ ਦੋ ਪੱਟਾਂ ਹੁੰਦਾ, ਮੈਂ ਕਿਹਾ ਸਾਰੀ ਉਮਰ ਉੱਥੇ ਦੇਖੂ, ਮੈਂ ਜਿਵੇਂ ਫੋਨ 'ਤੇ ਦੇਖਿਆ ਕਰੂੰਗਾ ਹਜੇ ਉੱਥੇ ਪੈ ਗਿਆ ਫੋਨ, ਦੋ ਪੱਟਾਂ ਵਾਲਾ ਕੰਮ ਔਖਾ ਵਾ। ਮੈਂ ਰਿਸ਼ਤੇਦਾਰੀ ਰਿਸ਼ਤੇਦਾਰੀ ਦਾ ਹੋਊਗੀ ਵੈਸੇ ਪਰਲੇ ਪਾਸੇ ਕੋਠੀ ਆ ਭਾਈ ਮਾਲ, ਬੜਾ ਤੱਕੜ ਜਾਪੀ ਆ ਭਾਈ। ਭਾਜੀ ਆਪਣੇ ਕਦੋਂ ਕੀਤੀ ਕਬੱਡੀ ਦੀ ਸ਼ੁਰੂਆਤ ਤੁਸੀਂ? ਮੈਂ ਭਾਜੀ 2009 ਚ। ਅੱਛਾ, ਓਪਨ ਹੀ ਖੇਡੇ ਸਿੱਧੀ ਕੇ ਵੇਟ? 70 75 ਦੇ ਖੇਡੇ ਥੋੜੇ ਮੈਂ। ਤੇ ਆਪਣੇ ਕਿਹੜਾ ਪਿੰਡ ਬਾਈ ਤੁਹਾਡਾ? ਲਾਟੋ ਜੀ, ਇਹ ਕਟਾਣਾ ਸਾਹਿਬ ਕੋ, ਭੈਣੀ ਸਾਹਿਬ ਕੋ। ਅੱਛਾ ਅੱਛਾ, ਭੈਣੀ ਸਾਹਿਬ ਲੁਧਿਆਣੇ, ਜਿੱਥੇ ਆਪਣੇ ਅਨਾੜ ਝੋਟ ਭਵਾਉਂਦੇ ਨੇ ਉਹ ਥੋੜੇ ਗਾਂ ਚਲੇ ਗਏ ਉਸ ਪਾਰ ਦੇ। ਹਾਂ ਜੀ, ਠੀਕ ਹੈ ਠੀਕ ਹੈ। ਮੇਰਾ ਪਿੰਡ ਚੰਡੀਗੜ੍ਹ ਰੋਡ ਦਿੱਤੀ ਰਹਿੰਦਾ। ਚੰਡੀਗੜ੍ਹ ਰੋਡ ਦਿੱਤੀ, ਨੀਲੋ ਨਹਿਰ ਦੇ ਲਵੇ। ਤੇ ਆਪਣੇ ਕਿੱਦਾਂ ਕੀ ਕੁਛ ਪ੍ਰਾਪਤ ਕਰ ਲਿਆ ਹੁਣ? ਬਸ 27-28 ਮੋਟਰਾਂ ਜਿੱਤ ਲਏ। ਅੱਛਾ, ਅਤੇ ਬਾਕੀ ਨਗਦ ਰਾਸ਼ੀ ਖਾਸੀ ਵਾਰ ਸੋਨੇ ਦੀਆਂ ਬੰਦੀਆਂ 15-16। ਹਾਂਜੀ, ਅਤੇ ਪਹਿਲਾਂ ਆਪਣੇ ਘਰ 'ਚ ਹੈਗੀ ਕਬੱਡੀ? ਨਹੀਂ, ਪਹਿਲਾਂ ਕੋਈ ਨਹੀਂ, ਸਾਡੇ ਤਾਂ ਪਿੰਡ 'ਚ ਵੀ ਹੈ ਨਹੀਂ ਸੀ। ਅੱਛਾ। ਹਾਂਜੀ, ਸਾਡੇ ਤਾਂ ਪਿੰਡ ਗਰਾਊਂਡ ਵੀ ਹੈ ਨਹੀਂ। ਜਿੱਦਾਂ ਬਈ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਪਲੇਅਰ ਹੈ ਨਹੀਂ ਗਾ? ਹੁਣ ਤਾਂ ਉੱਠੇ ਮੁੰਡੇ ਮਗਰ ਨਵਾਂ। ਅੱਛਾ, ਹੁਣ ਉੱਠੇ, ਹੁਣ ਬਣ ਜਾਂਦੀ ਟੀਮ ਸਾਡੇ ਪਿੰਡ ਦੀ। ਸਪੋਰਟ ਕਰਦੇ ਪਿੰਡਾਂ ਦੇ? ਉਹ ਚੱਲੀ ਜਾਂਦੀ ਆ ਮਾੜੀ ਮੋਟੀ, ਸਪੋਰਟ ਕਰੀ ਵੀ ਜਾਂਦੇ ਵਿੱਚ, ਤੁਹਾਨੂੰ ਪਤਾ ਹੀ ਆ। ਜ਼ਿਆਦਾ ਆਪਣੇ ਕਿਹੜੇ ਪਲੇਅਰ ਨੂੰ ਫੜਨਾ ਵਧੀਆ ਲੱਗਦਾ? ਸਾਰੀ ਫੜ ਲਈ ਨਹੀਂ, ਸਾਰੀ ਭੱਜ ਜਾਂਦੇ ਆ। ਨਹੀਂ ਆਪਣੇ ਫਿਰ ਵੀ ਮਨ 'ਚ ਹੋਵੇ ਚੱਲੀ ਜਾਂਦਾ ਨਹੀਂ, ਸਾਰੇ ਤਾਂ ਸਾਰੇ ਹੀ ਵਧੀਆ ਨੇ ਪਲੇਅਰ ਹੀ। ਅੱਛਾ, ਹਾਂਜੀ। ਅਤੇ ਪਲੇਅਰ ਆਪਣੇ ਕਿਹੜੇ ਕਿਹੜੇ ਨੂੰ ਪਿਆਰ ਆ ਜ਼ਿਆਦਾ? ਪਿਆਰ ਜਿਵੇਂ ਏਰੀ ਦੇ ਗੋਪੀ ਮਾਨਕੀ ਹੋ ਗਿਆ, ਰਣਜੀਤ ਲੱਲਾ ਹੋ ਗਿਆ, ਇਹਨਾਂ ਨੂੰ ਵਧੀਆ ਪਿਆਰ ਆ, ਬਾਕੀ ਸਾਰਿਆਂ ਨੇ ਪਿਆਰ ਉੱਦਾਂ ਦਾ। ਅੱਛਾ ਅੱਛਾ, ਹਾਂਜੀ। ਸਪਿੰਦਰ ਮਨਾਣਾ ਹੋ ਗਿਆ, ਸਪੋਰਟ ਕਰੀ ਜਾਂਦੇ ਪਿੰਡ? ਹਾਂਜੀ, ਪੂਰੀ ਸਪੋਰਟ ਕਰਦੇ ਜੀ ਇਹ ਪਲੇਅਰ ਆਪਣੀ। ਅੱਛਾ ਅੱਛਾ, ਹਾਂਜੀ, ਕਰੀ ਜਾਂਦੇ ਸਪੋਰਟ। ਹਾਂਜੀ, ਇੱਕ ਕਰਨ ਨੇ ਆਪਾਂ ਨੂੰ ਗੱਲ ਦੱਸੀ ਇੱਕ, ਆ ਵੀ ਕਹਿੰਦਾ ਵੀ ਜਿਹੜਾ ਬੰਦਾ ਖੇਡਦਾ ਉਹ ਕਬੱਡੀ ਮਤਲਬ ਕਿ ਹੋਰ ਕੀ ਕੰਮ ਨਹੀਂ ਕਰ ਸਕਦਾ? ਭਾਜੀ ਕਰਕੇ ਤਾਂ ਸਾਡੇ ਕੰਮ ਹੋਣਾ ਹੀ ਨਹੀਂ ਭਾਜੀ। ਭਾਜੀ ਜਿੱਦਾਂ ਕਬੱਡੀ ਆ, ਪਹਿਲਾਂ ਕਬੱਡੀ ਹੋਰ ਹਿਸਾਬ ਦੀ ਆ, ਤੂੰ 20 ਸਾਲ ਪਹਿਲਾਂ ਜਾਣ ਦੀ ਕਬੱਡੀ ਸੀ, ਹੁਣ ਤਕਨੀਕ ਦੀ ਸਾਰੀ ਕਬੱਡੀ, ਸਾਰੀ ਗੇਮ ਕਬੱਡੀ ਦਿਮਾਗ ਦੀ ਆ। ਤੂੰ ਦੇਖੋ ਜਿੰਨੇ ਪਲੇਅਰ ਖੇਡਦੇ ਕਿਸੇ ਦਾ ਭਾਰੂ ਕੁਆਂਟਲ 'ਤੇ 70-75 80, ਕਬੱਡੀ ਸਾਰੀ ਦਿਮਾਗ ਦੀ ਰਹਿ ਗਈ ਭਾਜੀ। ਬਹੁਤ ਫਾਸਟ ਕਬੱਡੀ ਹੋ ਗਈ, ਬਹੁਤ ਫਾਸਟ। ਦੇਖੋ ਜੇ ਕਹਿੰਦੇ ਪਲੇਅਰ ਸੱਟ ਲੱਗਦੀ ਹੈ ਨਾ, ਜੇ ਪਲੇਅਰ ਸੱਟ ਨਾ ਲੱਗੇ ਦੁਨੀਆਂ 'ਤੇ ਕੋਈ ਐਸਾ ਪਲੇਅਰ ਜਿਹੜਾ ਮਾੜਾ ਖੇਡੂ ਭਾਜੀ, ਸਾਰੇ ਤਕੜੇ ਖੇਡਦੇ। ਬਹਿਣਾ ਕਬੱਡੀ ਸੱਟ, ਸੱਟ ਉਦੋਂ ਲੱਗਦੀ ਬੰਦੇ ਜਦੋਂ ਬੰਦੇ 'ਚ ਹੰਕਾਰ ਆ ਜਾਂਦਾ, ਮੈਂ ਫਿਰ ਬੰਦਾ ਸ਼ੁਰੂ ਤੋਂ ਗੇਮ ਕਰਦਾ। ਹੁਣ ਸੱਟ ਲੱਗੀ ਮੇਰੇ ਮੋਢੇ 'ਤੇ ਭਾਜੀ, ਅਸੀਂ ਪਿੰਡ ਖੇਡਦੇ ਸੀ, ਮੈਂ ਤਾਂ ਕਹਿੰਦੀ ਸੱਟ ਲੱਗ ਗਈ। ਅੱਛਾ, ਅਤੇ 4-5 ਮਹੀਨੇ ਘਰੇ ਰਿਹਾ, ਫਿਰ ਪਤਾ ਲੱਗਾ ਦੁਨੀਆਂਦਾਰੀ ਦਾ, ਦੁਨੀਆਂ ਕਿੱਥੇ ਵੱਸਦੀ ਉੱਦਾਂ ਨਹੀਂ ਪਤਾ ਲੱਗਦਾ ਬੰਦੇ ਨੂੰ। ਉੱਦਾਂ ਹੁਣ ਮੈਂ ਮੈਚ 'ਤੇ ਆ, ਮੈਨੂੰ ਕੀ ਪਤਾ ਪਿੰਡ ਮੇਰੇ ਕੀ ਹੁੰਦਾ। ਮੈਚ ਡੇਲੀ ਜਦੋਂ ਬੰਦੇ ਘਰੇ ਰਹਿਣਾ, 100 ਬੰਦੇ ਮਿਲਣੇ, ਕਿਸੇ ਨੇ ਸਾਡੀ ਨਿੰਦਿਆ ਕਰਨੀ, ਕਿਸੇ ਨੇ ਸਿਫਤ ਕਰਨੀ, ਉਦੋਂ ਲੱਗਦਾ ਪਤਾ ਬੰਦਾ ਕਿਹੜਾ ਉੱਤੋਂ ਕਰਦਾ ਕਿਹੜਾ ਦਿਲ ਨਹੀਂ। ਹੁਣ ਤਾਂ ਸਾਰੇ ਕਹਿੰਦੇ ਤਗੜਾ ਜ਼ੋਰ ਮਾਰ, ਤਗੜਾ ਜ਼ੋਰ ਮਾਰ। ਜਿੰਨੀ ਦੇਰ ਬੰਦੇ ਨੂੰ ਠੋਕਰ ਨਾ ਲੱਗੇ ਅਗਲੀ, ਉੱਨੀ ਦੇਰ ਪਲੇਅਰ ਤਗੜਾ ਨਹੀਂ ਹੁੰਦਾ। ਕੀ ਚੱਕਰ ਆ ਭਾਈ, ਜੇ ਬੰਦੇ ਸੱਟਾਂ ਲੱਗੇ ਬੰਦੇ ਨੂੰ ਕਦੀ ਅਕਲ ਨਹੀਂ ਹੁੰਦੀ ਕਦੀ ਵੀ ਜ਼ਿੰਦਗੀ 'ਚ। ਸਾਰੇ ਪਲੇਅਰ ਸੱਟਾਂ ਲੱਗਦੀਆਂ ਹਰੇਕ ਦੇ, ਤਾਂ ਰੱਬ ਕਰੇ ਨਾ ਲੱਗੇ, ਪਰ ਕਬੱਡੀ ਗੇਮ ਇਹੋ ਜਿਹੀ ਆ ਭਾਅ ਜੀ, ਸੱਟਾਂ ਲੱਗਦੀਆਂ, ਗਹਿਣਾ ਕਬੱਡੀ ਸੱਟਾਂ ਦਾ ਜੀ। ਜੇ ਸੱਟਾਂ ਨਾ ਲੱਗਣ ਤਗੜਾ ਨਹੀਂ ਬੰਦਾ ਕਦੀ ਹੁੰਦਾ।
ਕਿੱਧਰ ਦੇ ਇਹ ਸਿਸਟਮ ਆ ਭਾਜੀ ਕਬੱਡੀ ਯਾਰ ਆਮ ਬੰਦੇ ਦੇ ਜੇ ਇੰਨੇ ਸੈੱਟ ਲੱਗ ਜੇ ਆ ਰਗੜ ਲੱਗੀ ਇੱਥੇ ਗੋਡੇ ਦੇ ਆ ਪੈਰ ਸਾਰੇ ਛਿੱਲ ਹੋਏ ਵੇ ਖੇਡਣਾ ਪੈਂਦਾ ਭਾਜੀ ਨਾ ਖੇਡੀ ਕਮਾਈ ਕਿੱਥੋਂ ਭਾਜੀ ਕੰਮ ਨਹੀਂ ਕਰ ਸਕਦਾ ਕੋਈ ਪਲੇਅਰ ਦਿਹਾੜੀ ਕਰਕੇ ਦਿਖਾ ਦੇ ਭਾਜੀ ਸਵੇਰ ਤੋਂ ਲੈ ਕੇ 9 ਘੰਟੇ ਕੰਮ ਕਰਾਉਣਾ ਪੈਂਦਾ ਦਿਹਾੜੀ ਕਰਨੀ ਹੈ ਫਿਰ ਵੀ ਇਹ 500 ਦੇਣਾ ਉਹਨੂੰ ਗੱਲਾਂ ਸੁਣਨੀਆਂ ਪੈਣੀਆਂ ਅਗਲੇ ਦੀਆਂ ਗਾਲਾਂ ਸੁਣਨੀਆਂ ਪੈਣੀਆਂ ਨਹੀਂ ਵੈਸੇ ਇੱਕ ਹੋਰ ਗੱਲ ਆ ਜਿੱਦਾਂ ਹੁਣ ਤੇਰੀ ਨਾ ਕੋਣੀ ਆਪਣੀ ਛਿੱਲੀ ਵੀ ਆ ਮੇਰਾ ਗੋਡਾ ਛਿੱਲ ਹੋਇਆ ਪੈਰ ਆ ਪੈਰ ਛਿੱਲ ਹੋਇਆ ਟੇਪਾਂ ਲਈਆਂ ਅੱਛਾ ਨਹੀਂ ਜੇ ਇੰਨੀ ਸੱਟ ਸਾਡੇ ਰੁਗਿਆਂ ਦੇ ਲੱਗੀ ਹੋਵੇ ਨਾ ਬੰਦਾ ਉਦਾਸ ਪੈ ਜਾਂਦਾ ਹੁੰਦਾ ਦਾਖਲ ਹੋਇਆ ਦਾਖਲ ਹੋਇਆ ਆਪਾਂ ਦਵਾਈ ਵੀ ਨਹੀਂ ਲਈ ਭਾਜੀ ਖੇਡੀ ਜਾਂਦੀ ਤੁਸੀਂ ਉਹਨਾਂ ਟੇਪ ਲਾਈ ਆ ਗੋਡਾ ਛਿੱਲ ਹੋਇਆ ਇਹ ਟੇਪ ਲਾ ਦੇਣੀ ਇਹ ਫੇਰ ਛਿੱਲ ਹੋ ਜਾਣਾ ਫੇਰ ਕੱਲ੍ਹ ਟੇਬਲ ਨੇ ਖੇਡਣਾ ਰੂਹ ਰੱਖ ਕੇ ਖੇਡ ਲੈਣਾ ਯਾਰ ਇੰਨਾ ਹੌਸਲਾ ਹੋਇਆ ਕਿੱਥੋਂ ਮਿਲਦਾ ਯਾਰ ਭਾਜੀ ਕੰਮ ਆ ਹੁਣ ਤੁਹਾਡਾ ਕੰਮ ਆ ਤੁਹਾਨੂੰ ਆਉਣਾ ਹੀ ਪੈਣਾ ਮੀਂਹ ਹੋਵੇ ਕਣੀ ਹੋਵੇ ਆਉਣਾ ਪੈਂਦਾ ਕੰਮ ਆ ਭਾਜੀ ਜੇ ਕੰਮ ਛੱਡਤਾ ਵੀ ਖਾਣਾ ਕੀ ਭਾਜੀ ਹੁਣ ਕਬੱਡੀ ਸਿਰੋਂ ਗੇਮ ਖੇਡਦੇ ਹਾਂ ਭਾਜੀ ਕਬੱਡੀ ਇੰਨਾ ਕੁਛ ਦਿੰਦੀ ਆ ਆਪਾਂ ਨੂੰ ਸੱਟਾ ਪੱਟਾ ਵੀ ਦਿੰਦੀ ਚੱਲ ਪੈਸੇ ਵੀ ਸਾਰਾ ਕੁਛ ਮਿਲਦਾ ਜੇ ਆਪਾਂ ਹਵਾ ਕਰੀਏ ਨਾ ਜੀ ਮਹੀਨੇ 'ਚ ਕਮਾਈ ਖੇਡੀਏ ਆਪਾਂ ਘਰੋਂ ਤਾਂ ਸਾਡੇ 50 ਕਿੱਲੇ ਤਾਂ ਹੈ ਨਹੀਂ ਸਾਡੀ ਜ਼ਮੀਨ 'ਤੇ ਖੇਡਾਂਗੇ ਤਾਂ ਕਮਾਵਾਂਗੇ ਇੱਕ ਇੱਕ ਗੱਲ ਹੋਰ ਆ ਵੀ ਜਿੱਦਾਂ ਬੱਚੇ ਬੱਚੇ ਦੇ ਸੱਟ ਲੱਗ ਜਾਂਦੇ ਮਾਂ ਪਿਓ ਨੂੰ ਦੁੱਖ ਹੁੰਦਾ ਦੁੱਖ ਹੁੰਦਾ ਹੁਣ ਤੇਰੇ ਤਾਂ ਥਾਂ ਥਾਂ ਦੇ ਲੱਗੀ ਆ ਅਤੇ ਕਿਤੇ ਮੈਂ ਦੱਸਦਾ ਹੀ ਨਹੀਂ ਘਰਦੇ ਨੂੰ ਬੜਾ ਘੱਟ ਕਿਹਾ ਨਹੀਂ ਭਾਜੀ ਹੁਣ ਕੀ ਚੱਕਰ ਹੁੰਦਾ ਜੇ ਨਾ ਖੇਡਾਂਗੇ ਘਰੇ ਰਹਿਣਾ ਪੈਣਾ ਮਾਤਾ ਨੂੰ ਵੀ ਪਤਾ ਸਮਝਦਾਰ ਆ ਜਦੋਂ ਛੋਟੇ ਹੁੰਦੇ ਘਰ ਦੇ ਬੋਲਦੇ ਸੀ ਉਦੋਂ ਵੀ ਨਾ ਖੇਡਾਂ ਨਾ ਖੇਡ ਹੁਣ ਤਾਂ ਘਰਦੇ ਨੂੰ ਪਤਾ ਕਿ ਵਧੀਆ ਖੇਡਦਾ ਚੱਲ ਰਿਹਾ ਨਾ ਬਾਬੇ ਦੀ ਮਿਹਨਤ ਮਾੜਾ ਮੋਟਾ ਨਾ ਹੋਵੇ ਖੇਡੀ ਜਾਂਦੇ ਘਰਦੇ ਰੋਕਦੇ ਨਹੀਂ ਰੋਕਦੇ ਵੀ ਰੈਸਟ ਕਰ ਲਿਆ ਹੁਣ ਆਪ ਨੂੰ ਪਤਾ ਬੰਦੇ ਨੂੰ ਕਿ ਮੈਂ ਖੇਡਣਾ ਪੈਣਾ ਭਾਜੀ ਮੈਂ ਖੇਡਾਂਗੇ ਤਾਂ ਕੁਛ ਹੋ ਜੂਗਾ ਬਾਹਰ ਅੰਦਰ ਚੱਲ ਜਾਵਾਂਗੇ ਇੱਥੇ ਰੁਲ ਜਾਵਾਂਗੇ ਭਾਜੀ ਬਹੁਤ ਪਲੇਅਰ ਆ ਭਾਜੀ ਦੁਨੀਆ ਬੜੇ ਪਲੇਅਰ ਆ ਇੱਥੇ ਰਹਿ ਗਏ ਭਾਜੀ ਕਿਸਮਤ ਆ ਭਾਜੀ ਕਿਸਮਤ ਆ ਬਾਕੀ ਬੰਦੇ ਦਾ ਦਿਲ ਸਾਫ਼ ਹੋਵੇ ਸਾਰਾ ਕੁਝ ਮਿਲ ਜਾਂਦਾ ਜਿਹੜਾ ਬੰਦਾ ਅੰਦਰੋਂ ਖੋਟਾ ਉਹਨੂੰ ਕੁਛ ਨਹੀਂ ਮਿਲਦਾ ਜਿੰਨਾ ਮਾਈ ਤਗੜਾ ਪਲੇਅਰ ਹੋ ਜਾਏ ਸਾਰੀ ਦਿਲ ਦੀ ਗੇਮ ਆ ਅੰਦਰ ਤੇਰਾ ਦਿਲ ਸਾਫ਼ ਹੋ ਜੋ ਮਰਜ਼ੀ ਕਰ ਲਾ ਭਾਜੀ ਇਸ ਸਾਰੀ ਦਿਲ ਦੀ ਗੇਮ ਆ ਕੋਈ ਮੁੰਡੇ ਆਪਣੇ ਖੇਡਦੇ ਵਧੀਆ ਪਲੇਅਰ ਆ ਨਵੇਂ ਪਲੇਅਰ ਸਾਰੇ ਬਾਹਰ ਜਾਈ ਜਾਂਦੇ ਜਿਹੜੇ ਪੁਰਾਣੇ ਪਲੇਅਰ ਨਹੀਂ ਜਾ ਹੁੰਦਾ ਕਿਸੇ ਅੰਦਰ ਆਪਾਂ ਕਾਹਦੇ ਕਿਸੇ ਨੂੰ ਬੋਲਣਾ ਗਲਤ ਮੁੰਡਾ ਮਨ ਸਾਫ਼ ਹੁੰਦਾ ਸਾਰਾ ਕੁਝ ਲੈ ਜਾਊ ਭਾਜੀ ਸਾਰੀ ਗੱਲ ਮੰਨਦੀ ਆ ਬਾਹਰ ਦੀ ਆਪਣੀ ਗੱਲਬਾਤ ਹੋਈ ਕਿਤੇ ਬਾਬਾ ਸੁੱਖ ਰੱਖੇ ਹੋਈ ਤਾਂ ਹੈ ਬਾਕੀ ਅੱਛਾ ਕਰਾਂਗੇ ਬਾਬਾ ਸੁੱਖ ਰੱਖੇ ਖੇਡੀ ਤਾਂ ਜਾਂਦੇ ਹਾਂ ਆਵਾਂਗੇ ਬਾਬਾ ਕੀ ਰੱਬ ਨੇ ਜੋ ਚਾਹਿਆ ਵੀ ਕਰਾਂਗੇ ਮਿਹਨਤ ਕਰੀ ਜਾਂਦੇ ਖੇਡੀ ਜਾਂਦੇ ਹਾਂ ਬਾਕੀ ਰੱਬ ਸਾਰੇ ਦੌੜਾ ਛੱਡੀਆਂ ਭਾਜੀ ਯਾਰ ਇੱਕ ਮੈਂ ਗੱਲ ਪੁੱਛਣੀ ਆ ਪਲੇਅਰ ਸੰਪੂਰਨ ਕਦੋਂ ਹੁੰਦਾ ਭਾਈ ਸੰਪੂਰਨ ਫਿਰ ਉਦੋਂ ਹੁੰਦਾ ਜਦੋਂ ਪਲੇਅਰ ਦਾ ਮੁੱਲ ਪੈ ਜਾਵੇ ਭਾਈ ਕਿਉਂਕਿ ਹੁਣ ਕਬੱਡੀ ਹੈਗੀ 100 ਚੋਂ 90% ਗਰੀਬੀ ਦੀ ਭਾਜੀ ਉਹ ਲਾ ਲਿਆ ਮੁੰਡੇ ਕਬੱਡੀ ਖੇਡੂਗੇ ਦੁਕਾਨਦਾਰੀ ਹੈਗੀ ਹੈ ਸਾਨੂੰ ਕਬੱਡੀ ਆਪਾਂ ਖੇਡਦੇ ਸਾਨੂੰ ਪਤਾ ਕਬੱਡੀ ਖੇਡਣੀ ਹੀ ਪੈਣੀ ਹੈ ਜੇ ਖੇਡਾਂਗੇ 4 ਪੈਸੇ ਕਮਾਵਾਂ ਘਰ ਨੂੰ ਸੁੱਖ ਦੇਵਾਂਗੇ ਇਹਦਾ ਭਾਅ ਜੀ ਫਿਰ ਕੰਮ ਹੀ ਆ ਕੰਮ ਇੱਥੇ ਕਰਨ ਨਹੀਂ ਹੁੰਦਾ ਭਾਅ ਜੀ ਹੁਣ ਗਰਮੀ ਹੈਗੀ ਭਾਅ ਜੀ ਦਿਖਾ ਦਿਓ ਕਿ ਦਿਹਾੜੀ ਲੈ ਕੇ ਭਾਅ ਜੀ ਧੂੰਆਂ ਨਿਕਲ ਜਾਂਦਾ ਭਾਅ ਜੀ ਰੁਪਈਆ 500 ਦੇਣਾ ਉਹਨਾਂ ਨੇ ਸ਼ਾਮਾਂ ਨੂੰ 6 ਵਜੇ ਭਾਅ ਜੀ ਸਵੇਰ ਤੋਂ ਲੈ ਕੇ 8 ਵਜੇ ਲੈ ਕੇ ਨਾ ਕੰਮ ਕਰੂੰਗਾ ਘਰ ਭੇਜ ਦਿੰਦੇ ਕਬੱਡੀ 'ਚ ਆਉਣ ਇਹ ਤਾਂ ਹੈਗਾ ਨਾ ਤੇਰਾ ਬੰਦਾ ਗੱਡੀ 'ਚ ਆਉਂਦਾ ਚੱਲ ਰਿਹਾ ਨਾ ਖਾਂਦਾ ਪੀਂਦਾ ਆਪਦਾ ਖੇਡਦਾ ਉਹਦੇ 4 ਪੈਸੇ ਲੈ ਜਾਂਦਾ ਜੇ ਆਪਾਂ ਕਹਿੰਦੇ ਕਬੱਡੀ ਪੈਸਾ ਬਹੁਤ ਆ ਭਾਅ ਜੀ ਕਬੱਡੀ ਪੈਸਾ ਤਾਂ ਹੈਗਾ ਆ ਪਰ ਮਿਹਨਤ ਬਹੁਤ ਆ ਮਿਹਨਤ ਤਾਂ ਹੈਗੀ ਆ ਭਾਅ ਜੀ ਮਰ ਕੇ ਉੱਠਣਾ ਪੈਂਦਾ ਰੋਜ਼ ਵੈਸੇ ਕਬੱਡੀ ਖੇਡਣੀ ਸੌਖੀ ਆ ਕਿ ਮਿਹਨਤ ਲਾਉਣੀ ਭਾਅ ਜੀ ਦੋਵੇਂ ਕੰਮ ਔਖੇ ਆ ਅੱਛਾ ਜੇ ਕੱਲੀ ਮਿਹਨਤ ਕਰਾਂਗੇ ਕਿਸੇ ਨੇ ਦੇਖਣਾ ਨਹੀਂ ਭਾਅ ਜੀ ਜੇ ਕੱਲੀ ਕਬੱਡੀ ਖੇਡਾਂਗੇ ਫਿਰ ਵੀ ਕਿਸੇ ਨੇ ਦੇਖਣਾ ਮੈਂ ਕੱਲੀ ਕਬੱਡੀ ਖੇਡੂੰਗਾ ਮੈਂ ਤਾਂ ਕੁਛ ਨਹੀਂ ਖਾਣਾ ਭਾਅ ਜੀ ਮਿਹਨਤ ਨਹੀਂ ਕੀਤੀ ਬੰਦਾ ਮਿਹਨਤ ਕਰੂੰਗਾ ਇੱਥੇ ਵੀ ਮਿਹਨਤ ਲੱਗਦੀ ਗਰਾਊਂਡ 'ਚ ਭਾਅ ਜੀ ਚਲੋ 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 ਰੋਜ਼ ਮਰਨਾ ਪੈਂਦਾ ਪਲੇਅਰ ਨੂੰ ਡੇਲੀ ਭਾਅ ਜੀ ਮਰ ਕੇ ਉੱਠਦਾ ਹੁਣ ਆਪਾਂ ਹੁਣ ਖੇਡਣਾ ਜ਼ਿਆਦਾ ਜਿੱਤ ਗਏ ਹੈ ਨਾ ਰਗੜਾ ਲੱਗੀਆਂ ਟੁੱਟੇ ਵੇ ਕਾਹਨੂੰ ਫੇਰ ਖੇਡਣਾ ਪੈਣਾ ਭਾਅ ਜੀ ਖੇਡਣਾ ਹੀ ਪੈਣਾ ਭਾਅ ਜੀ ਕੰਮ ਆ ਕੰਮ ਛੱਡ ਨਹੀਂ ਸਕਦੇ ਭਾਅ ਜੀ ਇਸ ਲਈ ਕਹਿੰਦੇ ਆ ਪਲੇਅਰ ਕਹਿੰਦੇ ਭਲਵਾਨ ਮੰਨਣਾ ਸੌਖਾ ਨਹੀਂ ਭਾਅ ਜੀ ਬਹੁਤ ਔਖਾ ਭਾਅ ਜੀ ਬੜੀ ਤਪੱਸਿਆ ਕਰਨੀ ਪੈਂਦੀ ਗਰਾਊਂਡ 'ਚ ਜਾਂਦੇ 2-3 ਘੰਟੇ ਮਿਹਨਤ ਟੁੱਟ ਜਾਂਦੇ ਭਾਅ ਜੀ ਮਰ ਜਾਂਦੇ ਸੌਂ ਕੇ ਫੇਰ ਸਵੇਰ ਨੂੰ ਮਰਿਆ ਬੰਦਾ ਉੱਠਦਾ ਭਾਅ ਜੀ
ਆਪਣੇ ਦਿਨ ਘਰ ਤਾਂ ਕਹਿੰਦੇ ਸਵੇਰ ਨੂੰ ਉੱਠੇ ਰੱਬ ਦਾ ਸ਼ੁਕਰ ਕਰੋ ਕਿ ਰੱਬਾ ਇੱਕ ਦਿਨ ਹੋਰ ਦੇ ਤਾ ਤੁਹਾਨੂੰ ਜ਼ਿੰਦਗੀ ਜੀਣ ਲਈ, ਉਹਦਾ ਪਤਾ ਕੁਛ ਬੰਦੇ ਦਾ ਕਦੋਂ ਬੰਦਾ ਭਾਅ ਜੀ ਹੋ ਜੇ ਨਾ ਹੋਵੇ। ਆਹ ਗੱਡੀ ਆਪਣੀ? ਇਹ ਗੱਡੀ ਆਪਣੀ ਹੈ ਭਾਅ ਜੀ, ਕਦੋਂ ਲੈਣੀ? ਲਵਾ ਕੇ ਬਾਬਾ ਦੁੱਖ ਰੱਖੇ। ਅੱਛਾ ਮੈਂ ਕਿਹਾ ਭਾਈ ਆਪਣੇ ਕਿੰਨੀਆਂ ਡੱਬੀਆਂ ਲੱਗਦੀਆਂ ਬਾਮ ਦੀਆਂ? ਅੱਛਾ ਦੋ ਜਾਣੇ ਸੀ ਅਸੀਂ। ਅੱਛਾ ਬਾਹ ਦੇ ਲਾ ਬਾਮ ਇੰਨੀ ਕੁ ਲੱਗਦੀ ਆ, ਮੋਢੇ ਮੋਢੇ ਮਲੀ ਦੇ ਆ। ਪਰ ਪ੍ਰਵਾਨ ਤੁਹਾਡੀ ਗੇਮ ਦੇਖ ਕੇ ਨਾ ਗੱਗੀ ਸਤਾ ਦੀ ਆ ਜਾਂਦੀ ਯਾਦ, ਜਦੋਂ ਉਹਨਾਂ ਨੇ ਨਵੀਂ ਨਵੀਂ ਕਬੱਡੀ ਕੀਤੀ ਸੀ ਨਾ ਸ਼ੁਰੂ, ਸੇਮ ਆਪਣੇ ਤੁਹਾਡੇ ਵਾਂਗੂ ਹੀ ਸੀ। ਕਮੈਂਟਰ ਵੀ ਅੱਧੇ ਕਹਿੰਦੇ ਭਾਈ ਸਾਰੇ। ਹਾਂ ਨਹੀਂ ਨਹੀਂ ਹੈਗੀ ਗੱਲ ਏ। ਆ ਹੁਣ ਭਾਈ ਮੜਾ ਸੱਟਾ ਸੁੱਟਾ ਕਰਕੇ ਮੜਾ ਭਾਈ ਦਾ ਹੋ ਗਿਆ, ਪਰ ਹੁਣ ਵਧੀਆ ਹੋ ਗਿਆ ਭਾਈ ਹੋਰ ਵੀ। ਹਾਂ ਨਹੀਂ ਵਧੀਆ, ਹੁਣ ਦੁਬਾਰਾ ਰਿਕਵਰ ਕਰਕੇ ਆ। ਮਿਹਨਤ ਬੜੀ ਆ। ਹਾਂਜੀ ਹਾਂਜੀ ਮਿਹਨਤ ਦੇ ਸਿਰ ਤੇ ਹੀ ਆ ਭਾਈ ਸਾਰਾ ਕੁਝ। ਤੁਹਾਡੀ ਆਪਣੀ ਕਿੰਨੀ ਉਮਰ ਆ? ਮੇਰੀ ਭਾਈ ਹੈਗੀ 24 ਸਾਲ ਜੀ। 24 ਸਾਲ ਮੈਂ ਸ਼ੁਰੂ ਭਾਈ 20ਵੇਂ ਸਾਲ 'ਚ ਕੀਤੀ ਖੇਡਣੀ। ਅੱਛਾ ਹਾਂਜੀ 4 ਸਾਲ ਹੋ ਗਏ ਖੇਡਦੇ। ਮਿਹਨਤ ਤਾਂ ਭਾਈ ਪਹਿਲਾਂ ਜਿਹੜੀ ਲਾਈ ਲਾਈ ਆ, ਆਹ ਸਾਲ ਤਾਂ ਬਹੁਤ ਘੱਟ ਹੀ ਲਾਈ ਮਿਹਨਤ। ਅੱਛਾ ਬਹੁਤ ਘੱਟ, ਜਿੱਦਾਂ ਕਹਿ ਦਈਏ 20% ਲਾਈ ਆ 100 ਦੀ। ਜਿੱਦਾਂ ਹੁਣ ਆਪਣੇ ਭਾਈ ਅੱਜ ਗਰਲਾਲ ਭਲਵਾਨ ਆਇਆ ਖੇਡਣ, ਪੁੱਛਦੇ ਨੇ ਇਹਨੇ ਮਾੜਾ ਮੋਟਾ? ਚਾਹ ਚੜ੍ਹ ਜਾਂਦਾ ਭਾਈ ਨੂੰ ਦੇਖ ਕੇ। ਅੱਛਾ ਐਡਾ ਸਰੀਰ ਆ, ਸਿਹਤ ਸੋਹਣੀ ਆ ਜਾਣ ਪੱਖੋਂ ਦੇਖ ਕੇ। ਹੁਣ ਅੱਜ ਕੱਲ੍ਹ ਪਲੇਅਰ ਤੁਹਾਨੂੰ ਪਤਾ ਭਾਈ ਰਹੀ ਨਹੀਂ ਗਏ, ਕੋਈ ਨਹੀਂ ਓਵਰ ਬੀਟ ਵਾਲਾ ਕੋਈ ਤਕੜਾ ਖੇਡਦਾ ਹੈ ਕਿੱਦਾਂ, ਸਾਰੇ ਸਪੀਡ ਦੀ ਰਹਿ ਗਈ ਹੁਣ ਕਬੱਡੀ। ਇੱਕ ਹੁਣ ਭਾਈ ਜਦੋਂ ਤੁਸੀਂ ਕਬੱਡੀ ਮੋੜ ਕੇ ਲੈ ਕੇ ਆਉਂਦੇ ਹੋ, ਜਦੋਂ ਕੋਈ ਪਹੁੰਚ ਜਾਂਦੇ ਹੋ, ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੁੰਦਾ ਨਾ? ਉਹੀ ਤਾਂ ਗੱਲ ਹੈ, ਲੋਕ ਦੇਖਣਾ ਚਾਹੁੰਦੇ ਕਿ ਮਤਲਬ ਅੱਗੇ ਭਾਰੀ ਕਬੱਡੀ ਹੁੰਦੀ ਹੈ, ਲੋਕਾਂ ਨੂੰ ਦੇਖਣਾ ਵਧੀਆ ਲੱਗਦਾ ਜੀ। ਹੁਣ ਜਦੋਂ ਟਾਮਾ ਟੱਕਾ ਕੋਈ ਪਲੇਅਰ ਆਉਂਦਾ ਅੱਧ ਦਾ, ਲੋਕਾਂ ਨੂੰ ਚਾਹ ਚੜ੍ਹ ਜਾਂਦਾ ਦੇਖ ਕੇ, ਲੋਕਾਂ ਨੂੰ ਖੁਸ਼ੀ ਹੁੰਦੀ ਦੇਖ ਕੇ ਕਿ ਹਾਂ ਕਿ ਕੱਦ ਕਾਠ ਵਾਲਾ ਕੋਈ ਭਲਵਾਨ ਆ, ਕੋਈ ਗਰਾਊਂਡ 'ਚ ਤੁਰਿਆ ਫਿਰਦਾ ਵਧੀਆ ਕਬੱਡੀ ਪਾਉਂਦਾ ਆ, ਜਿੱਦਾਂ ਚਾਹ ਹੁੰਦਾ। ਮੈਨੂੰ ਲੋਕੀ ਤਾਂ ਮੇਰਾ ਚਾਹ ਜੱਫਾ ਲੱਗੇ ਤਾਂ ਬਹੁਤ ਕਰਦੇ ਆ, ਜੋ ਮੈਂ ਜੱਫਾ ਕਰਨਾ ਜੇ ਕਿਤੇ ਮੈਨੂੰ ਕਿਤੇ 1-2 ਜੱਫੇ ਲੱਗ ਜਾਣ, ਉੱਥੇ ਜਾਂਦਾ ਜ਼ਿਆਦਾ ਚਾਹ ਕਰਦੀ ਆ ਕਿ ਹਾਂ ਵੀ ਮੁੰਡੇ ਨੂੰ ਫਾੜਨ ਵਾਲਾ ਕੋਈ ਹੈਗਾ ਆ, ਜੱਫਾ ਪਾਉਣ ਵਾਲਾ, ਚਾਹ ਚੜ੍ਹ ਜਾਂਦਾ ਲੋਕਾਂ ਨੂੰ। ਜ਼ਿਆਦਾ ਆਪਣੇ ਕਿਹੜੇ ਮੇਲੇ ਤੋਂ ਪਿਆਰ ਮਿਲਿਆ? ਜ਼ਿਆਦਾ ਸਾਨੂੰ ਆਪਣੇ ਏਰੀਏ 'ਚ ਸਾਡੇ ਟੂਰਨਾਮੈਂਟ ਸੰਧਵਾਂ, ਉੱਥੇ ਨੌਂ ਸਟੋਪ ਵੀ ਪਾਈ ਆ, ਗੱਗੀ ਭਾਈ ਹੁਣਾਂ ਨੇ ਖੇਡਿਆ ਜੀ, ਉਹ ਮੇਰਾ ਪਹਿਲਾ ਟੂਰਨਾਮੈਂਟ ਸੀ ਗੱਗੀ ਭਾਈ ਹੁਣਾਂ ਨਾਲ, ਖੀਰ ਵਾਲੇ ਵੱਲੋਂ ਖੇਡੇ ਸੀਗੇ, ਪਿੰਡ ਵੱਲੋਂ ਟੀਮ ਬਣਾਈ ਸੰਧ ਵੱਲੋਂ, ਉਦੋਂ ਹੀ ਸੈਮੀ ਹਾਰ ਗਏ ਸੀ ਅਤੇ ਜੱਫਾ ਨਹੀਂ ਸੀ ਖਾਧਾ ਕੋਈ ਸੈਮੀ 'ਚ, ਸਾਰੀਆਂ ਮੋੜੀਆਂ ਫੈਸਲੇ ਵਾਲੀਆਂ ਵੀ, ਅਤੇ ਉੱਥੋਂ ਬਸ ਭਾਈ ਮੁੜ ਕੇ ਫਿਰ ਬੱਲੇ ਬੱਲੇ ਹੁੰਦੀ ਗਈ ਮਹਾਰਾਜ ਦੀ ਕਿਰਪਾ। ਟਾਈਟ ਆਪਣੀ ਕਿੱਦਾਂ ਦੀ ਭਲਵਾਨ ਜੀ? ਟਾਈਟ ਜਿੱਥੇ ਲੰਗਰ ਦੇਖੀ ਦਾ ਛੱਡੀ ਦਾ ਨਹੀਂ, ਡਾਇਟ ਨਹੀਂ ਇੱਕ ਵਾਰ ਕਿਤੇ ਫੋਲੋ ਕੀਤੀ ਸੀਗੀ, ਉਹ ਵੀ ਮੈਂ ਮਹੀਨਾ ਕੇ ਕੀਤੀ। ਖੁਰਾਕ ਭਾਈ ਜੇ ਉਹ ਸਵੇਰੇ ਦੁੱਧ ਦਹੀਂ ਲੱਸੀ ਹੋਵੇ ਖਾਣ ਨੂੰ, ਮੁੜ ਕੇ ਮੈਚ 'ਤੇ ਜਾਣਾ ਹੋਵੇ, ਉਹ ਸਾਰਾ ਦਿਨ ਐਨਰਜੀ ਰਹਿੰਦੀ ਉਹ ਚੀਜ਼ ਨਾਲ, ਮੱਖਣੀ ਨਾਲ, ਮੱਖਣੀ ਲੱਸੀ ਹੋ ਗਿਆ, ਘਰ ਦੀ ਖੁਰਾਕ ਵਧੀਆ ਇਹੀ ਹੈ ਜੀ, ਇਹਦੇ ਨਾਲ ਹੀ ਆ ਸਾਰਾ ਕੁਛ। ਦਾਲ ਦੀ ਕੌਲੀ ਨਹੀਂ ਕਰਦੀ, ਦਾਲ ਦੀ ਕੌਲੀ ਦਾੜ ਦੁੜ 'ਚ ਰਹਿੰਦੀ ਆ। ਗੁਰੂ ਵਾਲੇ ਕਹਿੰਦਾ ਫਾਈਨਲ 'ਚ ਜ਼ੋਰ ਮਾਰਨਾ, ਕੀ ਕੀ ਬਣਦਾ ਮੋਰ ਬਣਨੇ ਮੋਰ ਹੈ। ਇੱਕ ਆਪਣੇ ਅੰਮ੍ਰਿਤ, ਉਹ ਅੰਮ੍ਰਿਤ ਕਹਿਤਾ ਆਪਣੇ ਕਰਨ, ਮੈਨੂੰ ਨਾ ਜਿੱਦਾਂ ਗਰਲਾਲ ਭਲਵਾਨ ਨੇ ਦੱਸਿਆ, ਕਹਿੰਦਾ ਵੀ ਜਦੋਂ ਅਸੀਂ ਮਾਝੇ 'ਚ ਖੇਡਦੇ ਹਾਂ ਆਪਣੇ, ਕਹਿੰਦਾ ਜੇ ਨਹਾਉਣਾ ਹੋਵੇ
ਲੋਕੀ ਕਹਿੰਦਾ ਆਰਾਮ ਨਾਲ ਆਪਣੇ ਬੜਾ ਹੀ ਪਿਆਰ ਬੜਾ ਪਿਆਰ ਕਰਦੇ ਮੈਚ ਤੇ ਕਹਿੰਦਾ ਜੇ ਕਿਤੇ ਤੁਹਾਡੇ ਦੁਆਬੇ 'ਚ ਮੈਚ ਹੋਵੇ ਤੇ ਜੇ ਇੱਦਾਂ ਹੋਵੇ ਕਹਿੰਦੇ ਵੀ ਕੋਈ ਆਪਣੇ ਘਰੇ ਨਹੀਂ ਵੜਦਾ ਨਹੀਂ ਵੜਦਾ ਯਾਰ ਮੈਨੂੰ ਗੱਲ ਬੜੀ ਪਿੰਚ ਕੀਤੀ ਇਹ ਗੱਲ ਵੀ ਤੋ ਸਹੀ ਆ ਮਾਝੇ ਜ਼ਿਆਦਾ ਕਰਦੀ ਬਾਲੀ ਆਪਾਂ ਕਹਿੰਦੇ ਮਾਝੇ ਭਾਅ ਜੀ ਉੱਥੋਂ ਲੈ ਕੇ ਆਉਂਦੇ ਘਰੇ ਲੈ ਜਾਂਦੇ ਭਾਅ ਜੀ ਲੱਸੀ ਦਿੰਦੇ ਦੁੱਧ ਬਣਾਉਂਦੇ ਗਰਮੀਆਂ ਨੂੰ ਭਾਅ ਜੀ ਨਹਾਓ ਨਹਾਓ ਕਹਿੰਦੇ ਜੋ ਮਰਜ਼ੀ ਕਰੋ ਫਰਕ ਪੈਂਦਾ ਭਾਅ ਪਲੇਅਰ ਫੇਰ ਤਕੜਾ ਹੁੰਦਾ ਉਹਦੀ ਮਾਝੇ ਦੇਖੋ ਪਲੇਅਰ ਕੱਡੇ ਕੱਡੇ ਆ ਛੇ ਛੇ ਫੁੱਟ ਉੱਤੇ ਆ ਕਿਉਂ ਉੱਤੇ ਭਾਅ ਜੀ ਖੁਰਾਕ ਵਾਲੀ ਆ ਆਪਣੇ ਦੁਆਬੇ ਵਾਲੇ ਕੰਮ ਨਹੀਂ ਕਰਦੇ ਬਾਹਰ ਨੂੰ ਠਾ ਰਹੇ ਉਹ ਹੱਥੀਂ ਕੰਮ ਕਰਦੇ ਖੇਤੀਬਾੜੀ ਖੁੱਲ੍ਹੀ ਆ ਖਾਣਾ ਪੀਣਾ ਖੁੱਲ੍ਹਾ ਫਿਰ ਰਾਜੀ ਹੁੰਦਾ ਇੱਕ ਗੱਲ ਯਾਰ ਲੋਕ ਇੱਥੇ ਵੀ ਉੱਦਾਂ ਦੇ ਉੱਥੇ ਵੀ ਉੱਦਾਂ ਦੇ ਤੇ ਦੇਖ ਲੈ ਇੱਕ ਹਿਸਾਬ ਦੀ ਮੈਂਟੈਲਿਟੀ 'ਚ ਫਰਕ ਆ ਨਾ ਆਪਣੇ ਬੰਦੇ ਲੱਤਾਂ ਖਿੱਚਦੇ ਭਾਅ ਜੀ ਉਹ ਲੱਤਾਂ ਨਹੀਂ ਤੁਸੀਂ ਦੇਖਿਓ ਮਾਝੇ ਦਾ ਕੋਈ ਪਲੇਅਰ ਹੋਊਗਾ ਛੋਟਾ ਹੋਊਗਾ ਸਾਰੇ ਪਲੇਅਰ ਉੱਚੇ ਉੱਚੇ ਆਰਸ਼ ਨੂੰ ਸਾਰੇ ਉੱਚੇ ਉੱਚੇ ਪਲੇਅਰ ਕਿਉਂ ਉੱਚੇ ਘਰੋਂ ਬਹੁਤ ਸਪੋਰਟ ਆ ਵਾਲੀ ਸਪੋਰਟ ਸਾਰਿਆਂ ਨੂੰ ਹੁੰਦੀ ਆ ਖਾਣਾ ਪੀਣਾ ਖੁੱਲ੍ਹਾ ਹੁੰਦਾ ਆਪਾਂ ਦੁੱਧ ਵੀ ਮੁੱਲ ਲਈਦਾ ਕੀ ਤਗੜਾ ਹੋਣਾ ਬੰਦੇ ਨੇ ਸਹੀ ਗੱਲ ਇਹ ਫਰਕ ਪੈਂਦਾ ਬਾਈ ਉੱਥੇ ਤਾਂ ਖੁੱਲ੍ਹੇ ਡੰਗਰ ਰੱਖੇ ਹੋਏ ਹਨਾ ਉਹਦੀ ਸਾਰਾ ਕੁਝ ਖੁੱਲ੍ਹਾ ਹੁਣ ਆਪਾਂ ਕਿਹੜਾ ਜਾਣਦੇ ਹੋਣਾ ਭਾਅ ਜੀ ਘਰੇ ਲੈਣ ਦੁੱਧ ਬਣਾਉਂਦੇ ਇੰਨਾ ਲੱਸੀ ਬਣਾਉਂਦੇ ਸਾਰਾ ਕੁਝ ਕਰਦੇ ਆ ਪਿਆਰ ਕਰਦੇ ਕਬੱਡੀ ਨੂੰ ਪਹਿਲਾਂ ਹੀ ਕਰਦੇ ਆ ਜਿਹੜੀ ਤੁਸੀਂ ਗੱਲ ਕਹੀ ਸੀ ਮੈਨੂੰ ਨਹਾਉਣ ਵਾਲੀ ਤਿੰਨਾਂ ਚੌਵਾਂ ਘੰਟਿਆਂ ਦਾ ਬਾਉਂ ਲੜਦੀ ਜਾਂਦੀ ਸਾਲੀ ਮੇਰੀ ਲੱਕ ਦੇ ਕੋਈ ਨੀ ਮੈਂ ਟੈਂਕੀ ਲੈ ਕੇ ਆਊਂਗਾ ਭਾਜੀ ਗੱਡੀ ਦੇ ਉੱਪਰ ਰੱਖ ਕੇ ਟੂਟੀ ਲਵਾ ਲਈ ਨੌੜ ਦਿਆ ਕਰਾਂਗੇ ਭਾਈ ਨੂੰ ਲੰਬਾ ਧਾਰਨਾ ਭਾਈ ਦਾ ਦੁਆਬੇ ਨੇ ਗਲਤ ਗਿਆ ਭਾਈ ਨੇ ਲੰਬਾ ਧਾਰਨਾ ਭਾਈ ਦਾ ਨਹੀਂ ਗਲਤ ਨਹੀਂ ਗਿਆ ਜਿਹੜੀ ਵੈਸੇ ਗੱਲ ਸਹੀ ਆ ਸਹੀ ਆਪਣਾ ਹਾਂਜੀ ਇਦਾਂ ਆਪਣੇ ਚਾਹੀਦਾ ਮੈਂ ਆਪ ਦੇਖਿਆ ਯਾਰ ਆਪਾਂ ਗੱਡੀ ਪਿੱਛੇ ਰੇੜੀ ਪਾ ਲਈਏ ਵਾਟਰ ਕੂਲਰ ਬਹੁਤ ਨਾ ਉਹਨੂੰ ਭਾਜੀ ਗੱਡੀ 'ਚ ਭਰ ਲਿਆ ਕਰਨੇ ਮੈਂ ਤੁਹਾਡੇ ਵਾਸਤੇ ਕਿੱਧਰ ਭਾਈ ਲੱਗਦੀ ਦੁਬਲੀ ਪਿੰਡ ਦੇ ਵਿੱਚ ਆਪਣੇ ਘਰੇ ਵਾਲੇ ਵਾਲਾ ਕੋਚ ਆਪਣੇ ਕਾਕਾ ਕਲੇਰ ਉੱਥੇ ਮੈਂ ਸੀਗਾ ਦੁਬਲੀ ਤੇ ਕਾਕੇ ਕਲੇਰ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਮੈਂ ਕਹਿੰਦਾ ਬਾਲਟੀਆਂ ਫੜੀਆਂ ਸੀ ਹੱਥ 'ਚ ਤੇ ਆਰਾਮ ਨਾਲ ਲੰਗਰ ਪਾਣੀ ਸਭ ਕੁਝ ਵਰਤਾਉਂਦੀਆਂ ਸੀ ਫਰਕ ਪੈਂਦਾ ਭਾਜੀ ਜਦੋਂ ਮਤਲਬ ਕਿ ਸਪੋਰਟ ਕਰਦਾ ਬੰਦਾ ਤਗੜਾ ਹੁੰਦਾ ਬਹੁਤ ਜ਼ਿਆਦਾ ਭਾਜੀ ਯਾਰ ਭਲਵਾਨ ਦੀ ਗੇਮ ਬੜੀ ਵਧੀਆ ਹਾਂ ਜੀ ਆਇਓ ਇੱਕ ਮਿੰਟ ਮੇਰਾ ਮੱਤਾ ਮੱਤਾ ਬਠਿੰਡੇ ਕੋਲੇ ਮੱਤਾ ਹਾਂਜੀ ਮੱਤੇ ਦੋ ਹਨ ਉਹ ਉਧਰ ਗੋਲੀਆਂ ਹੋ ਰਹੀਆਂ ਅੱਛਾ ਅੱਛਾ ਉਹ ਮਾਝੇ ਜਾ ਗੋਲੀਆਂ ਹਾਂ ਇਹ ਮਾਲਵੇ ਜਾਣਾ ਆਪਣਾ ਤਾਂ ਵਧੀਆ ਗੇਮ ਆ ਤੁਹਾਡੀ ਹਾਂਜੀ ਮੈਂ ਥੋੜਾ ਜਿਹਾ ਹੀ ਹੋਇਆ ਸ਼ੁਰੂ ਹੀ 2 ਮਹੀਨੇ 3-4 ਅੱਛਾ ਅੱਛਾ ਤੇ ਤੁਸੀਂ ਮਾਲਵੇ ਏਰੀਆ ਜਾਂ ਵੀ ਜਿੱਦਾਂ ਨਹੀਂ ਮੈਂ ਉੱਥੇ ਜਲੰਧਰ ਅਕੈਡਮੀ ਚ ਰਹਿੰਦਾ ਇਹ ਵੀ ਨਹੀਂ ਭਾਜੀ ਪ੍ਰੋਫੈਸਰ ਭਾਈ ਹਾਂ ਹਾਂ ਇਹਦਾ ਹੀ ਕਰਾਉਂਦੇ ਨਾ ਹਾਂ ਜੀ ਮੈਂ ਨਵਾਂ ਨਵਾਂ ਮੈਂ ਸਾਨੂੰ ਜੋ ਮੈਂ 10ਵੀਂ 11ਵੀਂ ਹੋਣਾ ਤੇ ਮੈਂ DAV ਟਰਾਇਲ ਦੇਣ ਗਿਆ ਸੀ ਕਿਤੇ ਟਰਾਇਲ ਦੇਣ ਗਿਆ ਤੇ ਮੈਂ ਪਿੰਡ ਦੇ ਮੁੰਡੇ ਦੋ ਤਿੰਨ ਬਾਹਰ ਸੁੱਤੇ ਸੀ ਅਤੇ ਉਹਨੇ ਕੱਢਤਾ ਡੰਡੇ ਮਾਰ ਕੇ ਕੱਢਿਆ ਸਾਨੂੰ ਸੌਣ ਲੱਗੀ ਕਿੱਦਾਂ ਤੂੰ ਇੱਦਾਂ ਦਾ ਹੌਲ ਆਇਆ ਸੀ ਮੈਂ ਬੜੀ ਕੁੱਟ ਫਿੜੀ ਉਹਨਾਂ ਕੁੜੀ ਕੋਈ ਮੈਂ ਜਾਫੀ ਹੁੰਦਾ ਸੀ ਉਹਦੀ ਵੇਟ ਖੇਡੇ ਨਹੀਂ ਵੇਟ ਨਹੀਂ ਖੇਡੇ ਕੋਈ ਮੈਂ ਜਾਫੀ ਹੁੰਦਾ ਸੀ ਬੜੀ ਕੁੱਟ ਫਿੜੀ ਰੇਡਰਾਂ ਨੇ ਮੈਨੂੰ ਉਹਦੇ ਮੈਂ ਵੀ ਗਏ ਟਰਾਇਲ ਦੇ ਨਿਕਲਿਆ ਭਾਜੀ ਅੰਡਰ 21 ਦੇ ਟਰਾਇਲ ਹੋਏ ਸੀ ਮੈਂ ਦਿੱਤੇ ਸੀਗੇ ਆਪਣੇ ਰੋਲ ਗੈਂਗ 'ਚ ਮੈਂ ਇੱਦਾਂ ਹੀ ਇੱਕ ਜਫਾ ਪਾ ਗਏ ਦੋ ਪੈ ਗਏ ਜਫੇ ਜੀ ਨਾ ਹੋ ਜਾਏਗਾ ਅਗਲੇ ਰਾਊਂਡ 'ਚ ਚੌਥੇ ਭਾਅ 76 ਫਿਰਿਆ ਚੰਗਾ ਹੋਣਾ ਮੈਂ ਕਿਹਾ ਭਾਅ ਜੀ ਨਾ ਕੈਂਸਲ ਕੱਟ ਕਹਿੰਦਾ ਬਾਹਰ ਅਸੀਂ ਬਾਹਰ ਭਾਅ ਜੀ ਫਿਰ ਪਹਿਲਾਂ ਚਾਹ ਬਾਹਲਾ ਸੀਗਾ ਪਹਿਲਵਾਨ ਜੀ ਪਹਿਲਾਂ ਤੁਸੀਂ ਜਾਫੀ ਸੀਗੇ ਜਾਫੀ ਆ ਤੇ ਆਪਣੇ ਇੱਧਰ ਨੂੰ ਕਿੱਦਾਂ ਆ ਗਏ ਫਿਰ ਉਹ ਪਿੰਡ ਹੀ ਕਦੇ ਮੇਲਾ ਹੋਇਆ ਪਿੰਡ ਜਾਫੀ ਜ਼ਿਆਦੇ ਦੀ ਅੱਛਾ ਮੈਂ ਕਬੱਡੀਆਂ ਪਾਉਣਾ ਪਿਆ ਉੱਥੋਂ ਹੀ ਉਹ ਤੋਂ ਬਾਅਦ ਕਬੱਡੀ ਪਾਉਂਦਾ
ਫਰਕ ਪੈਂਦਾ ਬਾਈ, ਬਹੁਤ ਗੱਲ ਆਉਂਦਾ ਨਾ। ਮੈਂ ਬਾਈ 35 ਕਿਲੋ ਖੇਡਦਾ ਸੀ ਛੋਟਾ ਜਿਹਾ, ਮੈਂ ਸਾਰਾ ਮੈਂ ਜੰਮਿਆ, ਮੈਨੂੰ 35 ਕਿਲੋ ਦੌੜਨਾ ਸਾਰਾ, 35 ਕਿਲੋ ਖੇਡਦਾ ਬਾਈ ਮੈਂ ਆਪਣੇ ਪਿੰਡ ਦੀ ਟੀਮ ਜਾਫੀ ਲੱਗ ਦੋ ਪੱਟਣ ਨੂੰ ਮੌਤ ਆ ਭਾਜੀ, ਅੱਗੇ ਤੂੰ ਦੱਸੇ ਕਰੋੜ ਦੀ ਜਾਫੀ ਤਾਂ ਹੀ ਨਹੀਂ ਲੱਤਾਂ ਗੱਡੀ ਚ ਲੈ ਜਾਓ, ਸਾਰੀ ਉਮਰ ਫੋਨ ਤੇ ਮੈਂ ਦੇਖੂਗਾ, ਖੇਡ ਨਹੀਂ ਹੋਣਾ ਫੇਰ ਕਿੱਦਾਂ ਪੱਟ ਅੱਗੇ ਗੱਲ ਕਰਦਾ, ਮੈਂ ਪ੍ਰੈਸ ਮਾਰੀ ਬੰਦਾ ਹੀ ਸਾਲੇ ਧੱਕ ਦੇ ਕਹਿੰਦਾ ਜਾਫੀ ਤੇ ਪ੍ਰੈਸ ਮਾਰੇ ਸਵਾਲ ਆਜੂ ਤੂੰ ਸਾਡੇ ਮਰਾ ਪ੍ਰੈਸਾ ਚਲੋ ਇਹ ਸੱਟਾਂ ਚ ਵੜਨ ਲੈ ਬੈਠੀਆਂ, ਪਰੇਡ ਬਹੁਤ ਇੱਥੇ ਵਰਲਡ ਕੱਪ ਧੁੱਕੀ ਬਾਈ, ਇੱਥੇ ਵੀ ਸੀਜ਼ਨ ਦਾ ਬੈਸਟ ਬਾਰੇ ਬੈਸਟ ਆਪਣੇ ਭਾਜੀ, ਉਹ ਟਾਈਮ ਚਾਰ ਟਰੈਕਟਰ ਜਿੱਤਣੇ ਖਾ ਲਈਦਾ ਧਰਤੀ ਸਿਮ ਸਿਮ ਕਰਦੀ ਤੁਰਦਾ ਦੇਖ ਤਾਂ ਸਹੀ ਸਪੇਨ ਦੀ ਗਰਾਊਂਡ ਸਾਰ ਤੋਂ ਭੈੜੀਆਂ ਆ, ਉੱਥੇ ਆ ਅੱਧਾ ਘਾ ਪਲਾਸਕਟ ਵਾਲਾ ਉਹ ਵੜਦਾ ਆ, ਉਹਦੇ ਵਿੱਚ ਰਬੜ ਪਾਈ ਹੁੰਦੀ ਆ, ਪ੍ਰੈਸ ਮਾਰਨਾ ਪਿਆ ਬੰਦੇ ਦੇ, ਕੋਈ ਜਾਫੀ ਨੀ ਤੇਰੇ ਲੱਗ ਹੀ ਜਾਊ, ਮਾਰ ਟਕਾ ਕੇ ਇੱਕ ਜੇ ਦੇ ਪਤਾ ਲੱਗੇ ਵੱਜੀ ਗਏ ਇਹਦੇ ਮਾਰੇ ਸੀ ਮੇਰੇ ਪ੍ਰੈਸ, ਹਾਂ ਵਾਲੀ ਕਬੱਡੀ ਨਹੀਂ ਪਾਉਣ ਦੇਣੀ ਤੇ ਤੇ ਪ੍ਰੈਸ ਕਿਦੋਂ ਮਾੜੀ ਮਤਾ ਮਾਰਦਾ ਮਾਰ ਸਕਦਾ ਤੇ ਪ੍ਰੈਸ ਨਹੀਂ ਮਾਰਦਾ, ਤੇਰੇ ਵਿਰੁੱਧ ਨਹੀਂ ਖੇਡਣਾ ਹੈਗਾ, ਆ ਜਾ ਇੱਕ ਦੋ ਵਾਰੀ ਖੇਡਿਆ ਖੇਡਿਆ ਇੱਕ ਦੋ ਵਾਰੀ ਖੇਡਿਆ ਵਧੀਆ ਮੈਚ ਲੱਗੀ ਸੀ ਆਪਣੀ, ਪੜਿਆ ਵੀ ਵੀਰੇ ਤੂੰ ਮਠਿਆ ਵੀ ਹੈ ਤੂੰ ਮਠਿਆ ਵੀ ਨਾ ਮੈਂ ਪੜਿਆ ਵੀ ਪੜਿਆ ਵੀ ਆ ਆਪਣੀ ਸਾਰੇ ਮਿਹਨਤ ਕਰਦੇ ਪਏ ਆ, ਕਹਿੰਦੇ ਉਸਤਾਦ ਮੈਂ ਜੱਫੇ ਕੰਨੂ ਨਹੀਂ ਪੈਂਦੇ, ਕੋਈ ਟੈਨਸ਼ਨ ਨਹੀਂ ਹੋਣ ਕੋ ਗੱਲ, ਹਾਂ ਜੱਫੇ ਹਰੇਕ ਨੂੰ ਪੈਂਦੇ, ਰੇਡਾ ਵੀ ਭਾਰੀ ਦੇ ਜੱਫੇ ਪੈਂਦੇ।
ਜੇ ਮੈਂ ਤੋਂ ਕੋਈ ਨੱਠੇ ਨਾ ਮੈਂ ਤਾਂ ਕਿਹਦੇ ਬਾਂਬ ਲੋੜੀ ਫੜ ਕੇ ਨਾ ਚੰਗੀ ਬਾਂਬ ਲੋੜੀ ਕਿਤੇ ਧੁੱਪ ਲੱਗੀ ਹੋਵੇ ਕੱਚਾ ਪਾ ਕੇ ਨਾ ਲਿਖਾਉਣਾ ਤੈਨੂੰ ਮਜ਼ਾਕ ਦੀ ਗੱਲ ਹੀ ਵੇਖਣਾ ਮੇਰਾ ਗਰਾਊਂਡ ਚੱਲ ਸਾਹਿਬ ਨਹੀਂ ਵਧੀਆ ਵਧੀਆ ਨਹੀਂ ਭਾਈ ਬੰਦਾ ਆਪੋ ਘੰਟੇ ਜਿੱਦਾਂ ਮਰਜ਼ੀ ਕੀ ਸੇਵਤਾ ਭਾਈ ਦੀ ਦਿਮਾਗ ਮੈਂਟਲ ਹੋ ਜਾਂਦਾ ਧਾਨੇ ਮੈਨੂੰ ਪੁੱਛ ਝੂੰਡੇ ਹੀ ਮਿਲੇ ਭਾਜੀ ਆਉਣ ਜਾਣ ਦੇ ਕੁਛ ਨੀ ਹੈਗਾ ਵੇ ਆਪਦੀ ਕਿਉਂ ਕੰਮ ਨੀ ਝੂੰਡੇ ਹੀ ਆ ਭਾਜੀ ਪਹਿਲੀ ਟੈਂਸ਼ਨ ਰਿਕਾਰਡਿੰਗ ਪਾਉਣੀ ਸਾਰਿਆਂ ਨੂੰ ਦੂਜੀ ਟੈਂਸ਼ਨ ਲੋਕੇਸ਼ਨ ਪਾਉਣੀ ਤੁਰ ਪਿਆ ਯਾਰ ਉੱਠ ਜਾ ਕਿੱਥੇ ਪਹੁੰਚ ਗਏ ਆ ਗਏ ਟੇਪਾਂ ਬਾਂਬਾਂ ਲੈਣੀਆਂ ਗਰਾਊਂਡ 'ਚ ਆ ਕੇ ਮੈਚ ਪਾਉਣੇ ਫਿਰ ਇੰਟਰਸੈਟ ਜਾਫੀ ਸੈੱਟ ਕਰਨੇ ਉਹਨੇ ਲੱਗਣਾ ਉਹਨੇ ਲੱਗਣਾ ਲੀੜੇ ਲਾਓ ਮੈਂ ਦੂਰ ਵੜੀ ਜਾਣਾ ਵਿੱਚ ਕਈ ਬੰਦੇ ਇਹੋ ਜਿਹੇ ਵੀ ਆ ਮੇਰੇ ਵੀਰ ਉਹਨਾਂ ਨੂੰ ਸਾਢੇ ਕੁ ਛੇ ਮੈਸੇਜ ਹੀ ਪਾਉਂਦੇ ਆ ਇਕੱਲਾ ਭਾਜੀ ਅੱਜ ਮੈਂ ਤੂੰ ਆ ਨਹੀਂ ਹੋਣਾ ਮਾਰਗਾ ਮੜਿਆ ਪਰੇ ਨੂੰ ਕੈਮਰਾ ਦੱਸੋ ਭਾਜੀ ਨਹੀਂ ਠੀਕ ਸੀ ਭਾਜੀ ਪਰ ਭਾਈ ਮਜਬੂਰੀ ਸਮਝ ਲੈਂਦਾ ਬਾਕੀ ਪਲੇਅਰ ਨੂੰ ਸਮਝਦੇ ਭਾਜੀ ਜਿਹੜਾ ਪਲੇਅਰ ਕੋਚ ਆ ਉਹਨੂੰ ਪਤਾ ਪਲੇਅਰ ਦਾ ਕਿਉਂ ਭਾਜੀ ਜਿਹੜੇ ਓਦਾਂ ਕੋਚ ਆ ਉਹਨਾਂ ਨੰਬਰਾਂ ਤੱਕ ਮਤਲਬ ਆ ਤੂੰ ਖੇਡ ਤੂੰ ਖੇਡ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਚੰਗਾ ਭਲਵਾਨ ਜੀ ਓਕੇ ਭਾਜੀ ਥੈਂਕ ਯੂ ਚੰਗਾ ਵੀਰੇ ਓਕੇ ਜੀ ਐਨ ਬਰਾਬਰ ਹੀ ਆਪਾਂ